ਲੋਕ ਇਨਸਾਫ਼ ਪਾਰਟੀ ਵੱਲੋਂ ਕੱਢਿਆ ਗਿਆ ਰੋਸ ਮਾਰਚ। ਲੋਕ ਇਨਸਾਫ਼ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਇੱਕ ਰੋਸ ਮਾਰਚ ਕੱਢਿਆ ਗਿਆ, ਜੋ ਕਿ ਜਲੰਧਰ ਬਾਈਪਾਸ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਭੌਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰੋਸ ਮਾਰਚ ਕੱਢਣ ਦਾ ਮਕਸਦ ਬਰਗਾੜੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ। ਇਸ ਦੇ ਨਾਲ ਹੀ ਉਹਨਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਉੱਪਰ ਕੈਲੀਫੋਰਨੀਆ ਵਿਖੇ ਹੋਏ ਹਮਲੇ ਦੀ ਨਿਖੇਧੀ ਕੀਤੀ। ਅੱਜ ਬੜਾ ਮਹਾਨ ਪਵਿੱਤਰ ਦਿਹਾੜਾ ਗੁਰੂ ਲਾਧੋਰੇ ਦਿਵਸ, ਮਾਈਕ ਬੰਦ ਕਰਾ ਦਿਓ, ਗੁਰੂ ਲਾਧੋਰੇ ਦਿਵਸ ਜਿਹੜਾ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਅੱਜ ਅਸੀਂ ਰੋਸ ਮਾਰਚ ਕਰਦੇ ਹੋਏ ਉਸ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨ ਜਾਣਾ, ਮੱਖਣ ਸ਼ਾਹ ਲਵਾਣਾ ਦਾ, ਜਿਹਨੇ ਬੇਸ਼ਕੀਮਤੀ ਸੋਨੇ ਚਾਂਦੀ ਜਵਾਹਰਾਤ ਹੀਰਿਆਂ ਨਾਲ ਭਰਿਆ ਹੋਇਆ ਸਮੁੰਦਰੀ ਬੇੜਾ ਪਾਰ ਲਾਤਾ ਸੀ। ਅਤੇ ਅੱਜ ਅਸੀਂ ਰੋਸ ਮਾਰਚ ਕਰਦੇ ਹੋਏ ਬਰਗਾੜੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ, ਜਿਹੜੇ ਸੰਗਤ ਸ਼ਹੀਦ ਹੋਈ, ਜ਼ਖਮੀ ਹੋਈ, ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਿਰਾਦਰ ਕਰਨ ਵਾਲੇ ਲੋਕ, ਅੱਜ ਤੱਕ ਕੋਈ ਕਾਰਵਾਈ ਨਹੀਂ। ਸੋ ਅਸੀਂ ਇਸ ਪਵਿੱਤਰ ਧਰਤੀ 'ਤੇ ਨਤਮਸਤਕ ਹੋਣ ਵਾਸਤੇ ਜਾਣਾ ਕਿ ਗੁਰੂ ਸਾਹਿਬ ਸ਼ਕਤੀ ਦਿਓ ਪੰਜਾਬ ਦੇ ਲੋਕਾਂ ਨੂੰ, ਕਿ ਜਿਹੜਾ ਨਿਰਾਦਰ ਹੋਇਆ ਗੁਰੂ ਦਾ, ਜਿਹੜੀ ਨਿਹੱਤੀ ਸੰਗਤ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਦੋਖੀਆਂ ਨੂੰ ਸਮੇਂ ਦੇ ਹਾਕਮੀ ਲੋਕਾਂ ਦੇ ਕੋਲੋਂ ਸਜ਼ਾਵਾਂ ਦਿਵਾਉਣ ਵਾਸਤੇ। ਸੋ ਅੱਜ ਇੱਕ ਪਾਸੇ ਸਰਕਾਰ ਦਾ ਰਵੱਈਆ ਕੀ ਹੈ, ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਬਣਾਤਾ। ਜਸਟਿਸ ਰਣਜੀਤ ਸਿੰਘ ਰੰਧਾਵਾ ਕਮਿਸ਼ਨ ਦੀ ਰਿਪੋਰਟ ਆ ਗਈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਮਝ ਨਹੀਂ ਆ ਰਹੀ ਵੀ ਉਹ ਕੀ ਕਰਨਾ ਚਾਹੁੰਦੇ ਆ। ਰਿਪੋਰਟ ਆ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਅਤੇ ਲੱਗਦੇ ਹੱਥ ਕੇਸ ਸਾਰਾ CBI ਨੂੰ ਦੇਤਾ। CBI ਨੂੰ ਦੇਣ ਦਾ ਮਤਲਬ ਠੰਡੇ ਵਾਸਤੇ ਪਾ ਕੇ ਕੇਂਦਰ ਦੇ ਵਿੱਚ BJP ਦੀ ਹਕੂਮਤ ਅਤੇ CBI ਤੋਤਾ ਕੀ ਦਾ, ਬਾਦਲਾਂ ਨੂੰ ਬਚਾਉਣ ਵਾਸਤੇ। ਅਤੇ ਅੱਜ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਆ। FIR ਦਰਜ ਕਰਤੀ, FIR ਪਹਿਲਾਂ ਤਾਂ ਇਹ ਸ਼ੋਸ਼ਾ ਛੱਡਤਾ ਵੀ ਗੁੰਮਨਾਮ ਪੁਲਿਸ ਅਫਸਰਾਂ ਦੇ ਖਿਲਾਫ਼ FIR ਦਰਜ। ਗੁੰਮਨਾਮ ਭੀੜ ਹੋ ਸਕਦੀ ਹੈ, ਅਣਪਛਾਤੀ ਭੀੜ ਹੋ ਸਕਦੀ ਹੈ, ਪਰ ਅਣਪਛਾਤੀ ਪੁਲਿਸ ਨਹੀਂ ਹੋ ਸਕਦੀ। ਜਦੋਂ ਮੀਡੀਆ ਦੇ ਵਿੱਚ ਕਿਰਕਰੀ ਸਰਕਾਰ ਦੀ ਹੋਣ ਲੱਗ ਗਈ ਅਤੇ ਸਰਕਾਰ ਨੇ 4 ਪੁਲਿਸ ਅਫਸਰਾਂ ਦੇ ਬਰਖਿਲਾਫ਼ ਬਾਏ ਨੇਮ FIR ਦੇਤੀ, ਅਤੇ ਹੁਣ FIR ਰੱਦੀ ਦਾ ਟੁਕੜਾ। ਉਹ ਰੱਦੀ ਦਾ ਟੁਕੜਾ ਇਸ ਕਰਕੇ ਆ ਕਿਉਂਕਿ FSL ਦੀ ਰਿਪੋਰਟ ਆ ਚੁੱਕੀ ਹੈ, ਫੋਰੈਂਸਿਕ ਲੈਬ ਦੀ ਰਿਪੋਰਟ ਆ ਗਈ। ਮੌਕੇ ਦੇ ਉੱਤੇ ਮੌਜੂਦ ਪੁਲਿਸ ਅਫਸਰ ਅਤੇ ਪੁਲਿਸ ਮੁਲਾਜ਼ਮਾਂ ਦੇ ਹਥਿਆਰਾਂ 'ਚੋਂ ਕਹਿੰਦੇ ਗੋਲੀ ਚੱਲੀ ਨਹੀਂ, ਅਤੇ ਫਿਰ 2 ਸਿੰਘ ਸ਼ਹੀਦ ਕਿਵੇਂ ਹੋਏ, ਅਨੇਕਾਂ ਜ਼ਖਮੀ ਕਿਵੇਂ ਹੋਏ, ਸਿਰਫ ਅਤੇ ਸਿਰਫ ਬਾਦਲਾਂ ਬਚਾਉਣ ਵਾਸਤੇ। ਅਸੀਂ ਉਸ ਸ਼ਹੀਦ ਦੇ ਵਾਰਸ ਹੈਗੇ ਹਾਂ ਜਿਹਨੇ ਜਨਰਲ ਡਾਇਰ ਨੂੰ ਇੰਗਲੈਂਡ ਦੇ ਵਿੱਚ ਜਾ ਕੇ ਜਲ੍ਹਿਆਂਵਾਲੇ ਬਾਗ ਦੀ ਗੋਲੀ ਕਾਂਡ ਦਾ ਬਦਲਾ ਲਿਆ ਸੀ, ਅਸੀਂ ਉਹਦੇ ਵਾਰਸ ਪੰਜਾਬੀ ਹਾਂ। ਅੱਜ ਬਾਦਲਾਂ ਦੀਆਂ ਮਾੜੀਆਂ ਕੀਤੀਆਂ ਕਰਤੂਤਾਂ, ਬਾਦਲਾਂ ਦੇ ਕਾਰਨਾਮਿਆਂ ਕਰਕੇ ਪੂਰੀ ਦੁਨੀਆ 'ਚ ਵੱਸਦੇ ਪੰਜਾਬੀ ਬੜਾ ਗੁੱਸੇ ਦੇ ਵਿੱਚ, ਪਰ ਮੈਂ ਉਹਨਾਂ ਦੋਸਤਾਂ ਨੂੰ ਇੱਕ ਅਪੀਲ ਕਰੂੰਗਾ ਜਿਹੜੇ ਗੁੱਸੇ ਦੇ ਵਿੱਚ ਆ ਕੇ ਦਸਤਾਰ ਦਾ ਨਿਰਾਦਰ ਕਰ ਰਹੇ ਆ। ਇੱਕ ਪਾਸੇ ਅਸੀਂ ਸੰਸਾਰ ਪੱਧਰ ਦੇ ਉੱਤੇ ਦਸਤਾਰ ਦੀ ਅਹਿਮੀਅਤ ਨੂੰ ਦੱਸਣ ਵਾਸਤੇ, ਦਸਤਾਰ ਦੀ ਸਰਦਾਰੀ ਵਾਸਤੇ ਅਸੀਂ ਲੜਾਈ ਲੜ ਰਹੇ ਹਾਂ, ਅਤੇ ਦੂਜੇ ਪਾਸੇ ਕਿਸੇ ਸਿੱਖ ਦੀ ਦਸਤਾਰ ਲੈ ਜੇ, ਇਹ ਮਨ ਦੁਖਦਾ। ਮੈਂ ਵੀਡੀਓ ਦੇਖੇ ਜਿਹਦੇ ਵਿੱਚ GK ਦੀ ਦਸਤਾਰ ਉਤਰੀ, ਉਦੋਂ ਮਨ ਬਲੂੰਦਰਦਾ। ਕਮ ਸੇ ਕਮ ਤੁਸੀਂ ਹੈਲਦੀ ਡਿਬੇਟ ਕਰੋ, ਕਿਸੇ ਨੂੰ ਤੁਹਾਡਾ ਗੁੱਸਾ ਹੈਗਾ ਗੁੱਸਾ ਜ਼ਾਹਰ ਕਰੋ, ਪਰ ਦਸਤਾਰ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਦਸਤਾਰ ਜਿਹੜੀ ਉਹ ਕਿਸੇ ਦੀ ਜਾਗੀਰ ਨਹੀਂ, ਦਸਤਾਰ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੇ ਗਏ, ਅਤੇ ਇਹਦਾ ਸਤਿਕਾਰ ਰੱਖਣਾ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਬਣਦਾ।